ਨਾ ਆ ਗਏ। ਆ ਗਿਆ ਮੈਂ ਤੇਰੇ ਪੋਤੇ ਪੋਤੀਆਂ ਨੂੰ ਛੱਡ ਕੇ, ਨਹੀਂ ਤਾਂ ਇੱਥੇ ਕੰਧਾਂ ਵਾਲੀ ਵੇਖਣਾ ਸੀ ਇਹਨਾਂ ਮੁਲਕਾਂ ਵਿੱਚ ਆਪਾਂ। ਨਾ ਤੇ ਜਿਹੜਾ ਕੰਮ ਮੈਂ ਕਿਹਾ ਸੀ ਉਹ ਕੀਤਾ ਕਿ ਨਹੀਂ ਕੀਤਾ? ਭਗਵੰਤ ਮਾਨ ਦੇ ਸ਼ੋਅ ਦੀਆਂ ਟਿਕਟਾਂ ਆ ਗਈਆਂ। ਆਪਾਂ ਕੀ ਕਰਨੀਆਂ ਇਸ ਉਮਰ 'ਚ ਉਹ ਸ਼ੋਅ ਸ਼ਾਹ ਵੇਖੀਏ? ਓਹੋ, ਇੱਕ ਪਾਸੇ ਆਖਣਾ ਕੰਧਾਂ ਨੂੰ ਗੱਲਾਂ ਕਰਨ ਜੋਗੇ ਰਹਿ ਗਏ ਇਹਨਾਂ ਦੇਸ਼ਾਂ 'ਚ, ਨਾ ਤੇ ਕਦੀ ਇਹ ਸੋਚਿਆ ਵੀ ਇਹਨਾਂ ਦੇਸ਼ਾਂ 'ਚ ਆਏ ਕਾਹਤੋਂ? ਹੈ ਮਾੜੀਆਂ ਸਰਕਾਰਾਂ ਕਰਕੇ ਜਿੱਥੇ ਕੋਈ ਜੌਬਾਂ ਨਾ ਮਿਲੀਆਂ, ਬੱਚੇ ਹੁਣ ਇੱਥੇ ਚੰਗੀਆਂ ਜੌਬਾਂ 'ਤੇ ਕਰਦੇ ਆ। ਸਾਡੇ ਭੈਣ ਭਰਾ ਕਈ ਆ ਜਿਹੜੀਆਂ ਡਿਗਰੀਆਂ ਲੈ ਕੇ ਰੁਲਦੇ ਫਿਰਦੇ ਆ, ਅਤੇ ਜੇ ਅੱਜ ਇੱਕ ਬੰਦਾ ਉੱਠਿਆ ਆ ਦੇਸ਼ ਲਈ ਕੁਝ ਕਰਨ ਲਈ, ਜੇ ਉਹਦਾ ਸਾਥ ਸਾਨੂੰ ਹੁਣ ਦੇਣ ਦੀ ਲੋੜ ਆ ਅਤੇ ਕੁਝ ਸਾਥ ਕਰੀਏ ਇੱਥੇ, ਤਾਂ ਆਪਾਂ ਇਹੋ ਕੁਛ ਹੀ ਕਰ ਸਕਦੇ ਹਾਂ। ਅਤੇ ਟਿਕਟਾਂ ਲਿਆਓ ਅਤੇ ਸਾਰਾ ਟੱਬਰ ਚੱਲੀਏ ਵੇਖਣ ਸ਼ੋਅ ਦਾ, ਜਾਂ 20 ਦੀ ਲੈ ਲਓ ਜਾਂ 21 ਦੀ। ਓਹੋ, ਹੁਣ ਪਈ ਮੇਰੇ ਖਾਨੇ ਗੱਲ। ਚਾਰ ਜੀ ਕਰਦੇ, ਚਾਰੇ ਚੱਲਦੇ ਆ। ਚੰਗਾ, ਮੈਂ ਲਿਆਉਣਾ ਜਾ ਕੇ ਹੁਣੇ ਟਿਕਟਾਂ।